हाँ जी गुरमुख प्यारे, हुण आपां चले आ पहाड़ी दे उपर। उपर जाके आपां देखदे आ आ रस्ता पहाड़ियां, आ जंगल जे सारा जंगल दे विच वाह पहाड़ी रस्ता जांदा। हुण तुहानूं दिखाउणा आ उपर जाके आपां वी उपर दा की माहौल चाल है। ਇਹ ਤੁਸੀਂ ਦੇਖਦੇ ਜਾਣਾ ਧਿਆਨ ਦੇ ਨਾਲ। ਸਾਰਾ ਆਪਾਂ ਪਹਾੜੀ ਦੇ ਅਸਲ ਦੇ ਵਿੱਚ ਆਪਾਂ ਉੱਪਰ ਹੀ ਤੁਰੇ ਫਿਰਦੇ ਹਾਂ। ਸੜਕ ਬਣਦੀ ਪਈ ਅਗਲੇ ਬੰਨੇ, ਆ ਰੋਡ ਬਣਦਾ ਪਿਆ ਪਹਾੜਾਂ ਦੇ ਵਿੱਚ। ਆ ਤੁਸੀਂ ਦੇਖ ਸਕਦੇ ਹੋ ਆ ਪਹਾੜਾਂ ਦਾ ਥੱਲੇ ਵਾਲਾ ਹਿੱਸਾ ਹੈ। ਜਿੰਨਾ ਕੁਝ ਸਾਡੇ ਤੋਂ ਹੋ ਸਕਦਾ ਓਨਾ ਕੁਛ ਤੁਹਾਨੂੰ ਗੁਰਮੁਖ ਪਿਆਰੇ ਜ਼ਰੂਰ ਦਿਖਾਵਾਂਗੇ। ਅਤੇ ਪਾਣੀ ਨੂੰ ਤੁਸੀਂ ਦੇਖ ਸਕਦੇ ਹੋ, ਢੱਕੀਆਂ ਹੋਈਆਂ ਰਹਿੰਦੀਆਂ। ਉਸੇ ਸਾਈਡ ਨੂੰ ਆਪਾਂ ਜਾ ਰਹੇ ਹਾਂ। ਆਪਣੇ ਗੁਰਮੁਖ ਖਲੋਤੇ ਨੇ ਜੋਧਵੀਰ ਸਿੰਘ ਹੋਣੀ, ਇਹ ਵੀ ਸਾਡੇ ਨਾਲ ਆਏ ਨੇ। ਅਜੂ ਵੀਰ ਜਿਹੜੇ ਸਾਨੂੰ ਗਾਈਡ ਕਰਦੇ ਪਏ ਨੇ। ਆ ਉੱਪਰ ਤੱਕ ਤੁਸੀਂ ਦੇਖੋ ਕਿ ਸਾਰੇ ਬੰਨੇ ਹਰਿਆਲੀ ਹਰਿਆਲੀ ਹੈ, ਚਾਰੇ ਬੰਨੇ ਉਹ ਢੱਕਿਆ ਹੋਇਆ ਸਾਰਾ ਏਰੀਆ ਹੀ ਹੈ। ਆ ਥੱਲੇ ਆ ਨਦੀ ਚੱਲੀ, ਕੁਦਰਤ ਨੇ ਖੇਲ ਹੀ ਐਸਾ ਤਿਆਰ ਕੀਤਾ ਮਾਲਕ ਨਿਰੰਕਾਰ ਨੇ। ਇਹ ਦੇਖੋ ਵੀ ਇਹ ਪਾਣੀ ਲਗਾਤਾਰ ਨਾਲ ਦੀ ਨਾਲ ਚੱਲੀ ਜਾਂਦਾ ਹੈ, ਜਿਵੇਂ ਆਪਣੇ ਦਰਿਆਵਾਂ ਦੇ ਵਿੱਚ ਆਉਂਦਾ ਹਰੀ ਕੇ ਪੱਤਣ ਦੇ ਵਿੱਚ। ਅਤੇ ਇਹ ਸਾਰਾ ਆ ਪਹਾੜਾਂ ਦੇ ਵਿੱਚ ਹੀ ਆਉਂਦਾ ਹੈ। ਇਸ ਟਾਈਮ ਅਸੀਂ ਪਹਾੜੀ ਦੇ ਉੱਪਰਲੇ ਹਿੱਸੇ ਦੇ ਵਿੱਚ ਹਾਂ। ਆ ਤੁਸੀਂ ਤਾਂ ਤੱਕ ਦੇਖ ਸਕਦੇ ਜੀ ਇੱਧਰ ਜੰਗਲ ਹੈ। ਇਹ ਸਾਰਾ ਤੁਹਾਨੂੰ ਵਿਊ ਅਸੀਂ ਆਪਣਾ ਦਿਖਾਵਾਂਗੇ ਜਿੱਥੇ ਜਿੱਥੇ ਅਸੀਂ ਜਾਵਾਂਗੇ। ਅਤੇ ਕਿਰਪਾ ਕਰਕੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ, ਕਿਉਂਕਿ ਹਰ ਇੱਕ ਦੇ ਕੋਲ ਜਾਣਕਾਰੀ ਜ਼ਰੂਰੀ ਹੈ ਆਪਾਂ ਨੂੰ। ਕੱਲ੍ਹ ਨੂੰ ਕਿਸੇ ਸਮੇਂ ਵੀ ਆਪਾਂ ਆਉਂਦੇ, ਆਪਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਇੱਧਰ ਆਉਣ ਦੀ। ਕਈ ਵਾਰੀ ਆਪਾਂ ਨੂੰ ਪੁੱਛਣਾ ਪੈ ਜਾਂਦਾ ਵੀ ਤੁਹਾਨੂੰ ਅਸੀਂ ਇੱਥੇ ਡੱਕ ਕੇ ਦਿਖਾਉਣੇ ਆ ਪਹਾੜੀਆਂ ਦੇ ਵਿੱਚੋਂ ਜਿਹੜਾ ਪਾਣੀ ਆਉਂਦਾ। ਇੱਕ ਮਿੰਟ, ਅਸੀਂ ਇੱਥੇ ਬਾਈਕ 'ਤੇ ਹਾਂ। ਇਹ ਤੁਸੀਂ ਸਾਰਾ ਕੁਝ ਦੇਖ ਸਕਦੇ ਹੋ। ਆਹ ਵੇ ਪਹਾੜੀ ਏਰੀਆ ਸਾਰਾ ਹੀ, ਚਾਰ ਸਵੇਰੇ ਆਹ ਨਦੀ ਜਾ ਰਹੀ ਹੈ ਅਤੇ ਇਹ ਆਪਣਾ ਪਰਿਵਾਰ ਆਇਆ ਹੋਇਆ ਸਾਰਾ। ਇਹ ਜੋਧਵੀਰ ਸਿੰਘ ਨੇ, ਇਹ ਮਨਸਹਿਲ ਸਿੰਘ ਨੇ, ਪੁੱਤਰ ਦੇਖੋ ਕਿੱਡਾ। ਹਾਂ ਇਹ ਮਨਸਹਿਲ ਸਿੰਘ ਨੇ, ਇਹ ਅਜੂ ਵੀਰ ਨੇ ਸਾਡੇ ਜਿਹੜੇ ਸਾਨੂੰ ਇੱਧਰ ਗਾਈਡ ਕਰਦੇ ਨੇ, ਸਾਰਾ ਕੁਝ ਸਾਨੂੰ ਸਮਝਾ ਰਹੇ ਨੇ, ਇੱਧਰ ਬਾਰੇ ਜਾਣਕਾਰੀ ਦੇ ਰਹੇ। ਇਹ ਤੁਸੀਂ ਦੇਖ ਸਕਦੇ ਹੋ, ਇਹ ਦੇਖੋ ਕੁਦਰਤ ਦੇ ਕ੍ਰਿਸ਼ਮੇ। ਆਹ ਸਾਹਮਣੇ ਬੱਦਲ ਹੈ ਸਾਡੇ ਸਾਹਮਣੇ, ਆ ਜੋ ਦੇਖਦੇ ਪਏ ਹੋ ਨਾ, ਇਹ ਪਹਾੜੀ ਦੇ ਵਿੱਚ ਬੱਦਲ ਹੈ ਅਤੇ ਬੱਦਲ ਵੀ ਆਮ ਧੁੰਦ ਦੇ ਵਾਂਗ ਹੀ ਹੈ। ਆਹ ਦੇਖੋ ਪੱਥਰ ਦੇਖੋ ਕਿੱਡੇ ਕਿੱਡੇ ਵੱਡੇ ਪਏ ਨੇ, ਕਿੰਨੇ ਕਿੰਨੇ ਵੱਡੇ ਪੱਥਰ ਪਏ ਹੋਏ ਨੇ ਇੱਥੇ। ਅਰੇ ਵੀ ਜੋ ਜੀਵ ਇੱਥੇ ਆਉਂਦੇ ਨੇ ਆਪਣੇ ਵਾਸਤੇ, ਇੱਧਰ ਘੁੰਮਣ ਫਿਰਨ ਵਾਸਤੇ ਆਉਂਦੇ ਨੇ ਉਹ ਵੀ ਨੇ। ਆਹ ਸਾਰਾ ਤੁਸੀਂ ਏਰੀਆ ਦੇਖ ਸਕਦੇ ਹੋ, ਜਿੰਨਾ ਵੀ ਆਪਣਾ ਪਰਿਵਾਰ ਨਾਲ ਆਇਆ ਮੈਂਬਰ ਸਾਰੇ ਆਪਣੇ ਨਾਲ ਨੇ। ਹਾਂ ਤੁਸੀਂ ਉੱਪਰ ਤੱਕ ਸਾਰਾ ਕੋਈ ਦੇਖ ਸਕਦੇ ਹੋ ਪਹਾੜੀਆਂ ਦੇ ਉੱਪਰ। ਔਰ ਜੋ ਆਪ ਜੀ ਨੂੰ ਨਾ ਸਮਝ ਲੱਗੇ ਤਾਂ ਕਿਰਪਾ ਕਰਕੇ ਕਮੈਂਟ ਦੇ ਵਿੱਚ ਪੁੱਛ ਲਿਓ, ਉਹ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ। ਅਤੇ ਇਹ ਦੇਖ ਸਕਦੇ ਹੋ ਇੱਧਰ ਦੀ ਪਾਣੀ ਆ ਰਿਹਾ,
क्योंकि बारिश बहुत ज्यादा पहाड़ियों के लगातार बारिश चलती है, बारिश नहीं इतने बंद होंगी। हम तुम मैं इधर द पानी आ इधर दादा दिखा परली साइड से, हम मैं दूसरी साइड से चलिया। हाँ जी इधर भी तुम आ देख सकते हो, देखो पानी किन्नी स्पीड के चल रहा। हाँ छोटे छोटे कबीले ने इन्हां दे, जिन्हों आप भाषा अपनी दे विच पिंड कह दिंदे आ, ये छोटे छोटे पहाड़ियों दे विच कबीले बने हुए ने। आ पहाड़ी का उपरला हिस्सा सारा, ते इस टाइम असी बदलों दे विच ही आ, थोड़ा जे थले आ देखो आ सामने वे बदल ने साढ़े कोल ने बिल्कुल, तो पर उधरली साइड से बारिश ज़्यादा होने का करके असी उपर ज़्यादा जा नहीं सकते क्योंकि रस्ते कोई एडे खास वधिया नहीं बने हुए, तो ता करके असी उपर उत्थे जा नहीं सकते। तो तुहानूं इत्थों ही सारा दिखा सकते हैं, पुल बनया होया है, तुसी देख सकते हो सारा नज़ारा इत्थों दा। असी आ वीर जी ने पुछदे आ भी इस जगह का नाम की है, इहनू कहिंदे की ने? आजू ये लोकेशन को क्या बोलते हैं इधर? दूधे। हाँ जी इहनू दूधे नदी बोलते ने, हाँ दूधे नदी बोलते ने इसनू, जिथे असी इस टाइम आए हुए हैं पहाड़ा दे विच उपर जंगल एरिया भी। हुण बदल देखो बदलां नाल ज्यादा ढकियां जा रही पहाड़ियाँ, यह देखो तुसी बदल कितना ज़्यादा हो रहा हूँ इस टाइम, या वे सारियां टकियां गई हैं धुंध दे वांग ही है सारा बदल है जिहड़ा। ये जिन्नी साडे तो गुरमुख प्यार इनफॉर्मेशन इकट्ठी हो रही है वह सारी असी ताडे नाल शेयर कर रहे हैं, सारियां नूं विखा रहे हैं कि जो असी इधर गए हुए हैं और जो इधर सानू प्रचार वास्ते भी जिवें कई जी मिल जाते ने, क्योंकि असी जिवें श्री साहब गए हाँ पा के सतगुरां ने कृपा की आ गुरु तो अमृत की दात प्राप्त की आप, तो फिर जीव इतने पुछते हैं भी ये श्री साहब किवें आ, फिर सारा उन्होंने समझाई दा इधर आके कि किवें असी ये गुरु दे पेश हुंदे आ, किवें मन दी जोत प्रगट हुंदी, किवें नाम नूं सुणदे आ, किवें आपां सच निरंकार दे सन्मुख हुंने, किवें गुरु सानू इह जुगती दिंदा, ये भी सारी अपनी विचार इधर टोटल वैसे बहुत सारे गुरमुखां नाल हो चुकी है, काफ़ी तरह के जीव ने यह भी बाहरों आए हुए ने। यह सारा अपना नज़ारा इतों देख सकते हैं, हुण असी इस तों अगे चलांगे, अगे जाके जो साढ़े तो इनफॉर्मेशन इकट्ठी होवेगी आप सारे जने तुहाडे नाल जरूर शेयर करांगे, तो तुसीं भी साढ़े चैनल नूं सबसक्राइब कर दिओ, वीडियो नूं लाइक करियो सारे जने। तो हुण असी इत्थे एड़े ब्लॉक की समाप्ति करन लगे आ, असी हाँ जी हुण वाहिगुरु जी आपां अगले बन्ने जा रहे हां, जिहड़ा आपां पुल तों आपां देख रहे हां सारा नज़ारा, हुण तुहानूं अगे जा के घरां दे विच जा के दिखाउणे सारा कुछ, किवें छोटे छोटे लोकां ने शहर वसाए ने अपने, किस तरह की जिंदगी बतीत कर रहे ने अपनी इस इलाके दे विच, टोटल सारे पहाड़ों के रोड बने ने, किसी भी जगह तो कच्चा रहा नहीं, हाँ कई जगह तो थोड़ा जहा रस्ता खराब आ जाता पर कच्चा नहीं है, सारिया थावान से सड़ गए। हम आप अगे जाके दिखाने रोड के उपर पै गए भी अगर किस तरह का नज़ारा है, ये तुम सारे बड़े ध्यान देना देखी जाना इतने। हम है जी जरा रोड है ये बिल्कुल पहाड़ों के विच दी हो रहा है, हम आप जी एक पुल तो आए थे दूसरे पुल से आप हम चले हैं, एक पुल आप देख लिया हूँ दूसरा पुल आप देखा अगे जाके भी किस तरह का दिसता है उतों का सिस्टम। और तुम आ देखो थले सड़क देखो, सड़क इन्होंने इस तरीके की बनाई है भी ये कोई भी चीज़ स्लिप नहीं कर सकती,
ਸੜਕ ਦੇ ਵਿੱਚ ਵੀ ਇਹਨਾਂ ਨੇ ਪੱਥਰ ਪਾਇਆ ਹੋਇਆ ਉੱਪਰਲੇ ਬੰਨੇ ਨਾ ਜਿੱਥੇ ਆਪਾਂ ਨੇ ਬਜਰੀ ਪਾਉਂਦੇ ਨਾ ਆਪਾਂ ਉਸ ਏਰੀਏ ਦੇ ਵਿੱਚ ਪੰਜਾਬ 'ਚ ਅਤੇ ਬਜਰੀ ਦੇ ਨਾਲ ਇਹਨਾਂ ਨੇ ਲੁੱਕ ਪਾਈ ਹੋਈ ਹੈ ਲੁੱਕ ਦੇ ਨਾਲ ਸੋਰੀ ਆਪਣਾ ਪੱਥਰ ਪਾਇਆ ਛੋਟਾ ਛੋਟਾ ਕੱਟ ਕੇ ਨਾ ਜਿਹਨੂੰ ਆਪਾਂ ਗਟਕਾ ਕਹਿੰਦੇ ਹਾਂ ਉਹ ਪੱਥਰ ਵਿੱਚ ਥੱਲੇ ਫਿੱਟ ਕੀਤਾ ਵੀ ਜਿੰਨੀ ਮਰਜ਼ੀ ਆਪਾਂ ਬ੍ਰੇਕ ਮਾਰ ਲਈਏ ਉਹ ਚੀਜ਼ ਆਪਣੀ ਫਿਸਲਣ ਵਾਲੀ ਨਹੀਂ ਹੈਗੀ ਸੜਕ ਤੋਂ ਕਿਉਂਕਿ ਇੱਥੇ ਲਗਾਤਾਰ ਮੀਂਹ ਪੈਂਦੇ ਨੇ ਇਸ ਕਰਕੇ ਵੀ ਕਿਸੇ ਦਾ ਇੱਥੇ ਕੋਈ ਨੁਕਸਾਨ ਨਾ ਹੋਵੇ ਕੋਈ ਪ੍ਰੋਬਲਮ ਨਾ ਕਿਸੇ ਨੂੰ ਆਵੇ ਇਹ ਤਾਂ ਕਰਕੇ ਇੱਧਰ ਇਹੋ ਐਸਾ ਸਿਸਟਮ ਇਹਨਾਂ ਨੇ ਬਣਾਇਆ ਹੋਇਆ ਉਹ ਤੁਹਾਨੂੰ ਅੱਗੇ ਆਪਾਂ ਨਾਲ ਦੀ ਨਾਲ ਦਿਖਾਉਣੇ ਹਾਂ ਆਹ ਸਾਹਮਣੇ ਤੁਸੀਂ ਉੱਪਰ ਦੇਖੋ ਜ਼ੂਮ ਕਰਕੇ ਤੁਹਾਨੂੰ ਅਸੀਂ ਲੱਗੇ ਹਾਂ ਦਿਖਾਉਣ ਉਹ ਪਹਾੜੀਆਂ ਨੇ ਅਤੇ ਵਿੱਚ ਉਹਨਾਂ ਦੇ ਦੇਖੋ ਬੱਦਲ ਕਿੰਨਾ ਹੈ ਬੱਦਲ ਨੇ ਪਹਾੜੀਆਂ ਨੂੰ ਢੱਕਿਆ ਹੋਇਆ ਅਤੇ ਉਹ ਸਾਹਮਣੇ ਤੁਸੀਂ ਬੱਦਲ ਵੀ ਦੇਖ ਸਕਦੇ ਜੇ ਔਰ ਆਪਾਂ ਨੂੰ ਜੋ ਇਹ ਵੀਰ ਜੀ ਨੇ ਅਤੇ ਆਪਾਂ ਨੂੰ ਗਾਈਡ ਕਰ ਰਹੇ ਨੇ ਅਜੂ ਵੀਰ ਜੀ ਨੇ ਅਤੇ ਆਪਾਂ ਨੂੰ ਸਾਰਾ ਇੱਥੋਂ ਸਮਝਾ ਰਹੇ ਨੇ ਇੱਥੋਂ ਦਾ ਜੋ ਸਿਸਟਮ ਹੈ ਕਿ ਕਿਸ ਤਰ੍ਹਾਂ ਦਾ ਇਲਾਕਾ ਹੈ ਕਿਸ ਤਰ੍ਹਾਂ ਆਪਾਂ ਜਾਣਾ ਹੈ ਉਹ ਸਾਰੀ ਆਪਾਂ ਨੂੰ ਜਿੰਨੀ ਵੀ ਇਨਫੋਰਮੇਸ਼ਨ ਹੈ ਇਹ ਵੀਰ ਜੀ ਆਪਾਂ ਨੂੰ ਦੇ ਰਹੇ ਨੇ ਆ ਮੇਰੇ ਤੋਂ ਹੀ ਸੱਜੇ ਬਣੇ ਦੇਖ ਸਕਦੇ ਜੇ ਪਹਾੜੀਆਂ ਕਿੰਨੀਆਂ ਉੱਪਰ ਤੱਕ ਕਮ ਸੇ ਕਮ 100 ਤੋਂ ਉੱਪਰ 100 ਫੁੱਟ ਤੋਂ ਉੱਪਰ ਹੈ ਮੇਰੇ ਅਕੋਰਡਿੰਗ ਤੁਸੀਂ ਮੰਨ ਕੇ ਚੱਲੋ ਵੀ 200 ਤੋਂ ਵੀ ਉੱਪਰ ਬੰਦਾ ਲੱਗਣ ਦੇ ਕਿਉਂਕਿ ਮੈਂ ਰੋਡ ਦੇ ਉੱਪਰ ਜ਼ਿਆਦਾ ਪਾਸੇ ਨਜ਼ਰ ਵੀ ਨਹੀਂ ਮਾਰ ਸਕਦਾ ਇੱਥੋਂ ਦੇ ਰੂਲ ਵੀ ਕਾਫੀ ਸਖਤ ਨੇ ਫੋਲੋ ਕਰਨੇ ਪੈਂਦੇ ਨੇ ਆਪਾਂ ਲਗਾਤਾਰ ਔਰ ਤੁਸੀਂ ਆ ਉੱਪਰ ਤੱਕ ਦੇਖੋ ਪਹਾੜੀਆਂ ਅਤੇ ਹਾਲੇ ਦੇਖੋ ਜੀਵਾਂ ਨੇ ਬਾਜ਼ਾਰ ਲਾਏ ਨੇ ਆਪਣੇ ਜੋ ਵੀ ਹੈ ਸਮਾਨ ਇੱਥੋਂ ਸਾਰਾ ਮਿਲਦਾ ਜੋ ਫਰਨੀਚਰ ਦਾ ਸਮਾਨ ਹੈ ਖਾਣ ਪੀਣ ਦੀ ਚੀਜ਼ ਤੋਂ ਲੈ ਕੇ ਔਰ ਜੋ ਵੀ ਆਪਣਾ ਫਰਨੀਚਰ ਦੇ ਸਮਾਨ ਤੱਕ ਸਾਰਾ ਇੱਥੋਂ ਆਪਾਂ ਨੂੰ ਅਵੇਲੇਬਲ ਹੁੰਦਾ ਹੈ ਹੁਣ ਤੁਸੀਂ ਆ ਉੱਪਰ ਪਹਾੜੀਆਂ ਦੇਖ ਸਕਦੇ ਹੋ ਮੇਰੇ ਸੱਜੇ ਬੰਨੇ ਵੀ ਦੇਖ ਸਕਦੇ ਹੋ ਔਰ ਖੱਬੇ ਬੰਨੇ ਵੀ ਦੇਖ ਸਕਦੇ ਹੋ ਵਲੌਗ ਬਣਾ ਰਹੇ ਹਾਂ ਇਹ ਮੈਂ ਦਾ ਸੁਖਵੰਤ ਸਿੰਘ ਔਰ ਮੇਰੇ ਨਾਲ ਹਰਕਮਲਜੀਤ ਕੌਰ ਵਾਈਫ ਨੇ ਮੇਰੇ ਅਸੀਂ ਦੋਨੋਂ ਵਲੌਗ ਬਣਾ ਰਹੇ ਹਾਂ ਇਹ ਤੁਸੀਂ ਦੇਖ ਸਕਦੇ ਹੋ ਹਾਂਜੀ ਅਸੀਂ ਦੋਨੋਂ ਬੈਠੇ ਹੋਏ ਹਾਂ ਹਾਂ ਵਲੌਗ ਬਣਾ ਰਹੇ ਹਾਂ ਔਰ ਮਨਸਹਿਲ ਸਿੰਘ ਔਰ ਜੋਧਵੀਰ ਸਿੰਘ ਇਹ ਵੀਰ ਜੀ ਹੋਣਾਂ ਦੇ ਨਾਲ ਬੈਠੇ ਹੋਏ ਨੇ ਆਹ ਤੁਸੀਂ ਉੱਪਰ ਦੇਖੋ ਪਹਾੜੀਆਂ ਦੇਖੋ ਉੱਪਰ ਹੁਣ ਇਹ ਤੁਹਾਨੂੰ ਜ਼ੂਮ ਕਰਕੇ ਦਿਖਾ ਰਹੇ ਹਾਂ ਆਪਾਂ ਇੱਧਰ ਤੁਸੀਂ ਬੱਦਲ ਦੇਖੋ ਇਹਨਾਂ ਨੂੰ ਬੱਦਲ ਦਾ ਕੀ ਕਰਦੇ ਆਹ ਦੇਖੋ ਤੁਸੀਂ ਬੱਦਲ ਦੇਖ ਸਕਦੇ ਹੋ ਇੱਥੇ ਵੈਪਰ ਮਾੜਾ ਜਿਹਾ ਖਿਲਾਰ ਗਿਆ ਆਪਾਂ ਆਹ ਤੁਸੀਂ ਸਾਹਮਣੇ ਇੱਧਰ ਬੱਦਲ ਦੇਖ ਸਕਦੇ ਹੋ ਮੇਰੇ ਸੱਜੇ ਔਰ ਖੱਬੇ ਬੰਨੇ ਤੁਸੀਂ ਦੋਨੋਂ ਬੰਨੇ ਦੇਖ ਸਕਦੇ ਹੋ ਹੁਣ ਸਾਹਮਣੇ ਅਗਲਾ ਪੁੱਲ ਆਉਣ ਵਾਲਾ ਹੈ ਅਤੇ ਆਹ ਦੇਖੋ ਛੋਟੇ ਛੋਟੇ ਕਬੀਲੇ ਨੇ ਇੱਥੇ ਅਗਲੇ ਪੁੱਲ ਦੇ ਵਿੱਚ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਉਂਦੇ ਇੱਧਰ ਦੇਖੋ ਤੁਸੀਂ ਮੇਰੇ ਸੱਜੇ ਪਾਸੇ ਇੱਧਰ ਬੱਦਲਾਂ ਦੇ ਵਿੱਚ ਪਹਾੜੀਆਂ ਬਿਲਕੁਲ ਢੱਕੀਆਂ ਹੋਈਆਂ ਨੇ ਆਪਾਂ ਨੂੰ ਬੜੇ ਵੀਰਾਂ ਦੇ ਕਮੈਂਟ ਵੀ ਆ ਰਹੇ ਸੀ ਵੀ ਤੁਸੀਂ ਤਕਰੀਬਨ 9 ਜਾਂ 10 ਮਿੰਟ ਦਾ ਵਲੌਗ ਜ਼ਰੂਰ ਬਣਾਓ ਔਰ ਸਾਨੂੰ ਇੱਧਰ ਦਾ ਜਿਹੜਾ ਨਜ਼ਾਰਾ ਇੱਧਰ ਦਾ ਜਿਹੜਾ ਸਿਸਟਮ ਹੈ ਉਹ ਸਾਨੂੰ ਸਾਰਾ ਤੁਸੀਂ ਦਿਖਾਓ ਅਤੇ ਆਪਾਂ ਹੁਣ ਤੁਹਾਨੂੰ ਨਾਲ ਦੀ ਨਾਲ ਸਾਰਾ ਕੁਝ ਆਵੇ ਦਿਖਾ ਰਹੇ ਹਾਂ ਇਹ ਤੁਸੀਂ ਦੇਖ ਸਕਦੇ ਹੋ ਦੇਖੋ ਇਹ ਛੋਟੇ ਛੋਟੇ ਇੱਥੇ ਸ਼ਹਿਰ ਨੇ ਸ਼ਹਿਰਾਂ ਦੇ ਵਿੱਚ ਦੁਨੀਆ ਵੱਸਦੀ ਹੈ ਛੋਟੇ ਛੋਟੇ ਪਿੰਡ ਬਣੇ ਹੋਏ ਦੇਖੋ ਆਹ ਪਲੇਟਾਂ ਦਾ ਲੋਹੇ ਦੀਆਂ ਪਲੇਟਾਂ ਦਾ ਪੁੱਲ ਬਣਿਆ ਹੈ ਇੱਥੋਂ ਦੀ ਕੋਈ ਸੜਕ ਨਹੀਂ ਹੈ ਆਹ ਪਹਾੜੀਆਂ ਪਾਣੀ ਆ ਗਿਆ
ਹੁਣ ਇਹ ਵੀਰ ਜੀ ਆਪਾਂ ਨੂੰ ਅਜੇ ਵੀਰ ਜੀ ਦਿਖਾਉਣ ਲਿਜਾ ਰਹੇ ਨੇ ਵੀ ਇੱਥੇ ਨਾ ਅੱਗੇ ਫਾਇਰਿੰਗ ਹੁੰਦੀ ਪਈ ਸੀ ਬਹੁਤ ਜ਼ਿਆਦਾ ਅਤੇ ਅਸੀਂ ਪੁੱਛਿਆ ਫਾਇਰਿੰਗ ਕਿੱਥੇ ਹੁੰਦੀ ਨੇ ਕਹਿੰਦੇ ਫੌਜੀਆਂ ਦਾ ਕੈਂਪ ਹੀ ਇੱਥੇ ਅਤੇ ਉਹ ਕੈਂਪ ਦੇ ਵਿੱਚ ਫਾਇਰਿੰਗ ਦੀ ਟ੍ਰੇਨਿੰਗ ਹੋ ਰਹੀ ਹਾਂ ਇਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਮੈਂ ਰੋਕਣ ਲੱਗਾ ਬਾਈਕ ਆਪਦੀ ਹਾਂ ਇਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਜ਼ੂਮ ਕਰਕੇ ਤੁਹਾਨੂੰ ਦਿਖਾਉਣ ਲੱਗੇ ਆਪਾਂ ਜਿੱਥੇ ਉਹ ਨਿਸ਼ਾਨੇਬਾਜ਼ੀ ਵੀਰ ਕਰ ਰਹੇ ਨੇ ਫੌਜੀ ਵੀਰ ਨੇ ਔਰ ਇਹ ਨਿਸ਼ਾਨੇਬਾਜ਼ੀ ਕਰ ਰਹੇ ਨੇ ਸਾਹਮਣੇ ਉਹ ਆਪਾਂ ਨੂੰ ਉੱਥੋਂ ਸਾਰਾ ਦਿਖ ਰਿਹਾ ਹੁਣ ਆਪਾਂ ਅੱਗੇ ਚੱਲਦੇ ਹਾਂ ਕਿਉਂਕਿ ਇੱਥੇ ਵੀਡੀਓ ਜ਼ਿਆਦਾਤਰ ਬਣਾਉਣਾ ਅਲਾਊਡ ਵੀ ਨਹੀਂ ਹੈ ਅਤੇ ਪਰ ਫਿਰ ਵੀ ਆਪਾਂ ਤੁਹਾਨੂੰ ਸਾਰਿਆਂ ਬਾਜੀ ਇੱਥੇ ਗੁਰਮੁਖ ਪਿਆਰੇ ਦਿਖਾਉਣਾ ਚਾਹੁੰਦੇ ਹਾਂ ਕਿਸੇ ਵੀ ਤਰ੍ਹਾਂ ਜਿੰਨੀ ਕੁ ਆਪਣੇ ਤੋਂ ਵੀਡੀਓ ਬਣਦੀ ਕਿਉਂਕਿ ਆਪਾਂ ਦੇਖੀਏ ਵੀ ਜਿੱਥੇ ਵੀ ਆ ਕੁਝ ਵੀ ਆਪਣੇ ਉੱਥੇ ਵੀਡੀਓ ਬਣਾਉਣਾ ਅਲਾਊਡ ਨਹੀਂ ਇਹ ਦੇਖੋ ਉੱਪਰ ਤੱਕ ਸਿਸਟਮ ਹੁਣ ਇੱਥੇ ਵੀਡੀਓ ਕੱਟਣ ਲੱਗੇ ਆ ਕਰੀ ਕਿਉਂਕਿ ਅੱਗੇ ਫੌਜੀਆਂ ਦੀ ਛਾਉਣੀ ਆ ਕਿ ਵੀਡੀਓ ਕੱਟਦੀ ਆ